ਕ੍ਰਿਸ਼ਨਾ ਸ਼ਰਮਾ ਵਨ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਅਹਿਮ ਸੁਰਖੀਆਂ ਤੇ। ਕਾਂਗਰਸ ਪ੍ਰਧਾਨ ਅਹੁਦੇ ਲਈ ਰਾਹੁਲ ਗਾਂਧੀ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ, ਆਪਣੀ ਮਾਂ ਸੋਨੀਆ ਗਾਂਧੀ ਦੀ ਲੈਣਗੇ ਜਗ੍ਹਾ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਸੀ ਅੱਜ ਆਖਰੀ ਤਰੀਕ। ਆਰਐਸਐਸ ਆਗੂ ਰਵਿੰਦਰ ਗੋਸਾਈ ਦੀ ਹੱਤਿਆ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਦੀ ਭਾਲ ਵਿੱਚ ਗਈ ਐਨਆਈਏ ਦੀ ਟੀਮ ਤੇ ਹੋਇਆ ਹਮਲਾ, ਪੁਲਿਸ ਨੇ ਫਾਇਰਿੰਗ ਕਰਨ ਵਾਲੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ। ਚੰਡੀਗੜ੍ਹ ਵਿੱਚ ਸੁਤੇਲੀ ਮਾਂ ਦੀ ਹੈਵਾਨੀਅਤ ਦੀ ਵੀਡੀਓ ਆਈ ਸਾਹਮਣੇ, ਧੀ ਨੂੰ ਬੁਰੀ ਤਰ੍ਹਾਂ ਕੁੱਟਣ ਵਾਲੀ ਮਤਰੇਈ ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ। ਤੇ ਹੁਣ ਖਬਰਾਂ ਵਿਸਤਾਰ ਨਾਲ। ਕਾਂਗਰਸ ਪ੍ਰਧਾਨ ਅਹੁਦੇ ਲਈ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਉਮੀਦ ਹੈ ਕਿ ਰਾਹੁਲ ਗਾਂਧੀ ਇਹਨਾਂ ਚੋਣਾਂ ਵਿੱਚ ਇੱਕ ਮਾਤਰ ਉਮੀਦਵਾਰ ਹੋਣਗੇ ਅਤੇ ਉਹਨਾਂ ਦੇ ਪਾਰਟੀ ਪ੍ਰਧਾਨ ਬਣਨ ਦਾ ਰਸਤਾ ਪੂਰੀ ਤਰ੍ਹਾਂ ਸਾਫ਼ ਹੈ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਰਾਹੁਲ ਪਿਛਲੇ 19 ਸਾਲਾਂ ਤੋਂ ਲਗਾਤਾਰ ਇਸ ਅਹੁਦੇ 'ਤੇ ਆਸੀਨ ਆਪਣੀ ਮਾਂ ਸੋਨੀਆ ਗਾਂਧੀ ਦੀ ਜਗ੍ਹਾ ਲੈਣਗੇ। ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੱਜ ਯਾਨੀ 4 ਦਸੰਬਰ ਆਖਰੀ ਤਰੀਕ ਸੀ। ਪਾਰਟੀ ਦੇ ਕੇਂਦਰ ਚੋਣ ਅਥਾਰਟੀ ਦੇ ਪ੍ਰਧਾਨ ਮੁੱਲਾਪੁਰੀ ਰਾਮਚੰਦਰ ਅਨੁਸਾਰ ਐਤਵਾਰ ਤੱਕ ਕਿਸੇ ਨੇ ਨਾਮਜ਼ਦ ਪੱਤਰ ਦਾਖਲ ਨਹੀਂ ਕੀਤਾ ਸੀ। ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸਮੇਤ ਹੋਰ ਲੋਕਾਂ ਨੇ ਪਾਰਟੀ ਪ੍ਰਧਾਨ ਅਹੁਦੇ ਲਈ ਰਾਹੁਲ ਦੀ ਉਮੀਦਵਾਰੀ ਦਾ ਪ੍ਰਸਤਾਵ ਰੱਖਿਆ ਹੈ। ਨਾਮਜ਼ਦ ਵਾਪਸ ਲੈਣ ਦੀ ਆਖਰੀ ਤਰੀਕ 11 ਦਸੰਬਰ ਹੈ। ਟਿਕਟ ਸਾਹਿਬ ਦੇ ਸਰਹੰਦ ਰੇਲਵੇ ਲਾਈਨਾਂ ਤੇ ਲੁਧਿਆਣਾ ਸਾਈਡ ਰੇਲਵੇ ਦੇ ਮੁਲਾਜ਼ਮਾਂ ਗੋਪੀ ਚੰਦ ਤੇ ਵਿਜੇ ਕੁਮਾਰ ਨੂੰ ਇੱਕ ਨਵ ਜੰਮਾ ਬੱਚਾ ਮਿਲਿਆ ਸੀ, ਜਿਸ ਬਾਰੇ ਉਹਨਾਂ ਨੇ GRP ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਬੱਚੇ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦਾਖਲ ਕਰਵਾਇਆ। ਇਸ ਬਾਰੇ ਪਤਾ ਲੱਗਣ ਤੇ ਜ਼ਿਲ੍ਹਾ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਗੁਲਸ਼ਨ ਰਾਏ ਬੋਵੀ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚੇ ਤੇ ਬੱਚੇ ਦਾ ਇਲਾਜ ਸ਼ੁਰੂ ਕਰਵਾਇਆ। ਅੱਜ ਇਸ ਬੱਚੇ ਨੂੰ ਯਾਦਵਿੰਦਰਾ ਪੂਰਨ ਬਾਲ ਨਿਕੇਤਨ ਵਿਖੇ ਦੇਖਭਾਲ ਲਈ ਭੇਜਿਆ ਗਿਆ। ਬੀਤੇ ਦਿਨੀ ਸਾਨੂੰ ਇੱਕ ਨਵਜਾਤ ਬੱਚਾ ਰੇਲਵੇ ਟਰੈਕ ਤੋਂ ਗੋਪੀ ਚੰਦ ਅਤੇ ਵਿਜੇ ਕੁਮਾਰ ਦੇ ਉਪਰਾਲੇ ਦੇ ਸਦਕਾ GRP ਦੇ ਮਾਧਿਅਮ ਨਾਲ ਜਿਸ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਐਡਮਿਟ ਕਰਾਇਆ ਗਿਆ ਸੀ, ਜਿਸ ਨੂੰ ਮਤਲਬ ਕਿ ਮੈਡੀਕਲ ਟ੍ਰੀਟਮੈਂਟ ਸਾਡੇ ਡਾਕਟਰ ਸੁਰਿੰਦਰ ਜੀ ਦੀ ਰਹਿਨਮਾਈ ਦੇ ਵਿੱਚ ਬੜੀ ਵਧੀਆ ਟ੍ਰੀਟਮੈਂਟ ਉਹਦੇ ਤੋਂ ਮਿਲੀ ਹੈ। ਤਾਂ ਬੱਚਾ ਪੂਰਾ ਫਿੱਟ ਹੈ, ਇਹਨਾਂ ਨੇ ਫਿਟਨੈਸ ਸਰਟੀਫਿਕੇਟ ਸਾਨੂੰ ਦੇ ਦਿੱਤਾ। ਹੁਣ ਚਾਈਲਡ ਵੈਲਫੇਅਰ ਕਮੇਟੀ ਬੱਚੇ ਦੇ ਫਿਊਚਰ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇਹ ਫੈਸਲਾ ਕੀਤਾ ਕਿ ਬੱਚੇ ਨੂੰ ਯਾਦਵਿੰਦਰਾ ਪੂਰਨ ਬਾਲ ਨਿਕੇਤਨ ਵਿੱਚ ਅਸੀਂ ਅੱਜ ਸ਼ਿਫਟ ਕਰਾਂਗੇ। ਅਤੇ ਉਸ ਤੋਂ ਬਾਅਦ ਕਈ ਲੋਕਾਂ ਦੇ ਸਾਨੂੰ ਫੋਨ ਦੇ ਮਾਧਿਅਮ ਨਾਲ ਜਾਂ ਆਪਣੇ ਰਿਸ਼ਤੇਦਾਰਾਂ ਦੇ ਮਾਧਿਅਮ ਦੇ ਨਾਲ ਅਪਰੋਚ ਵੀ ਕਰੀ ਆ ਕਿ ਬੱਚਾ ਸਾਨੂੰ ਮਤਲਬ ਗੋਦ ਦਿੱਤਾ ਜਾਵੇ। ਬੱਚੇ ਦੀ ਹਾਲਤ ਕਿਵੇਂ ਦੀ ਹੈ? ਬਿਲਕੁਲ ਠੀਕ ਹੈ, ਬੱਚਾ ਤੰਦਰੁਸਤ ਹੈ ਅਤੇ ਇਸ ਨੂੰ ਅਸੀਂ ਅੱਜ ਡਿਸਚਾਰਜ ਕਰਤਾ ਅਤੇ ਜੋ ਟ੍ਰੀਟਮੈਂਟ ਸੀ ਅਸੀਂ ਨੂੰ ਬਿਲਕੁਲ ਬੱਚਾ ਆਇਆ ਸੀ ਉਸ ਟਾਈਮ ਦੀ ਕਿਹੋ ਜਿਹੀ ਹਾਲਤ ਸੀ ਬੱਚੇ? ਉਸ ਟਾਈਮ ਇਸਦੇ ਮੂੰਹ 'ਤੇ ਥੋੜ੍ਹੀਆਂ ਸੱਟਾਂ ਸੀ ਅਤੇ ਬੱਚਾ ਵਿਦ ਪਲੈਸੈਂਟਾ ਸਾਡੇ ਕੋਲ ਆਇਆ। ਅਸੀਂ ਇਸਨੂੰ ਫਸਟ ਏਡ ਦਿੱਤੀ ਅਤੇ ਇਨਵੈਸਟੀਗੇਸ਼ਨਸ ਕੀਤੀਆਂ ਅਤੇ ਟ੍ਰੀਟਮੈਂਟ ਸਾਡੇ ਕੋਲ 4 ਦਿਨ ਰਿਹਾ ਬੇਬੀ, ਹੁਣ ਅੱਜ ਬਿਲਕੁਲ ਠੀਕ ਹੈ ਅਤੇ ਅੱਜ ਇਹਨੂੰ ਛੁੱਟੀ ਕਰ ਰਹੇ ਹਾਂ। 2 ਮਹੀਨੇ ਪਹਿਲਾਂ ਲੁਧਿਆਣਾ ਵਿੱਚ ਹੋਈ ਆਰਐਸਐਸ ਆਗੂ ਰਵਿੰਦਰ ਗੋਸਾਈ ਦੀ ਹੱਤਿਆ ਦੇ ਮਾਮਲੇ ਵਿੱਚ ਇੱਕ ਮੁਲਜ਼ਮ ਦੀ ਭਾਲ ਵਿੱਚ ਐਨਆਈਏ ਦੀ ਟੀਮ ਐਤਵਾਰ ਸਵੇਰੇ ਭੋਜਪੁਰ ਥਾਣੇ ਅਧੀਨ ਪੈਂਦੇ ਇਲਾਕੇ ਦੇ ਪਿੰਡ ਨਹਾਲੀ ਪਹੁੰਚੀ, ਜਿੱਥੇ ਐਨਆਈਏ UPATS ਅਤੇ ਮੇਰਟ ਦੀ SOG ਦੇ ਨਾਲ ਭੋਜਪੁਰ ਪੁਲਿਸ ਨੇ ਸਾਂਝੇ ਤੌਰ 'ਤੇ ਉਪਰੋਕਤ ਪਿੰਡ ਵਿੱਚ ਸਵੇਰੇ 5 ਵਜੇ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਮੁਲਜ਼ਮ ਪੁਲਿਸ ਪਾਰਟੀ ਤੋਂ ਫਾਇਰਿੰਗ ਕਰਦਾ ਹੋਇਆ ਫਰਾਰ ਹੋ ਗਿਆ। ਦੋਸ਼ੀ ਨਜ਼ੀਮ ਨੂੰ ਪੁਲਿਸ ਨੇ ਬਾਅਦ ਦੁਪਹਿਰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਵਿੱਚੋਂ ਗ੍ਰਿਫਤਾਰ ਕਰ ਲਿਆ। ਦੇਰ ਸ਼ਾਮ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਪੈਂਦੇ ਕਸਬਾ ਥੋੜ੍ਹੀ ਨੌਦ ਸਿੰਘ ਵਿੱਚ ਅੰਬਾਲਾ ਤੋਂ ਆਈ ਸਿਹਤ ਵਿਭਾਗ ਦੀ ਟੀਮ ਨੇ ਨੀਲਮ ਨਰਸਿੰਗ ਹੋਮ 'ਤੇ ਛਾਪੇਮਾਰੀ ਕਰ ਏਜੰਟ ਮਹਿਲਾ ਨੂੰ ਕਾਬੂ ਕੀਤਾ ਹੈ। ਉੱਥੇ ਹੀ ਟੀਮ ਨੇ ਨਰਸਿੰਗ ਹੋਮ ਦੀ ਅਲਟਰਾਸਾਊਂਡ ਮਸ਼ੀਨ ਨੂੰ ਸੀਲ ਕਰ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਧਰ ਫੜੀ ਗਈ ਏਜੰਟ ਮਹਿਲਾ ਨੇ ਵੀ ਮੰਨਿਆ ਕਿ ਉਹ ਨਰਸਿੰਗ ਹੋਮ ਵਿੱਚ ਟੈਸਟ ਕਰਵਾਉਣ ਲਈ ਮਰੀਜ਼ ਲੈ ਕੇ ਗਈ ਸੀ, ਜਿਸ ਦੇ ਬਦਲੇ ਉਸਨੇ ਮਰੀਜ਼ ਕੋਲੋਂ 20,000 ਰੁਪਏ ਲਏ ਅਤੇ ਡਾਕਟਰ ਨੂੰ 8,000 ਰੁਪਏ ਦਿੱਤੇ। ਦੂਜੇ ਪਾਸੇ ਨਰਸਿੰਗ ਹੋਮ ਦੇ ਡਾਕਟਰਾਂ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਨਰਸਿੰਗ ਹੋਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਡਾਕਟਰ ਵਿਪਨ ਭੰਡਾਰੀ ਜੀ, ਨੋਡਲ ਅਫਸਰ PNDT ਅੰਬਾਲਾ ਜੀ, ਡਾਕਟਰ ਮਨਦੀਪ ਸਚਦੇਵਾ ਸਾਡੀ ਟੀਮ ਦੇ ਮੈਂਬਰ ਹੈ ਜੀ, ਮੈਡੀਕਲ ਅਫਸਰ ਫਰੋਮ ਅੰਬਾਲਾ। ਸਾਡੇ ਸਿਵਲ ਸਰਜਨ ਅੰਬਾਲਾ ਨੂੰ ਸੂਚਨਾਵਾਂ ਮਿਲ ਰਹੀਆਂ ਸੀ ਕਿ ਅੰਬਾਲਾ ਦੇ ਨੀਅਰ ਬਾਈ ਏਰੀਆ ਦੇ ਕੁਛ ਏਜੰਟ ਭਰੂਣ ਲਿੰਗ ਜਾਂਚ ਕਰਵਾ ਰਹੇ ਹੈ। ਜਗ੍ਹਾ ਦੇ ਬਾਰੇ ਸਾਨੂੰ ਨਹੀਂ ਪਤਾ ਸੀ ਕਿ ਕਿੱਥੇ ਕਰਵਾ ਰਹੇ। ਅਸੀਂ ਆਪਣੇ ਕਿਸੇ ਇਨਫੋਰਮਰ ਨੂੰ ਉਹਨਾਂ ਨਾਲ ਕੰਟੈਕਟ ਕਰਨ ਲਈ ਕਿਹਾ। ਕੰਟੈਕਟ ਕਰਨ ਤੋਂ ਬਾਅਦ ਉਹਨਾਂ ਨੇ ਅੱਜ December 2 ਨੂੰ ਸਾਡੀ ਪ੍ਰੈਗਨੈਂਟ ਲੇਡੀ ਨੂੰ 25,000 ਰੁਪਏ ਲੈ ਕੇ ਅੰਬਾਲਾ ਬੱਸ ਸਟੈਂਡ ਦੇ ਕੋਲ, ਅੰਬਾਲਾ ਸ਼ਹਿਰ ਬੱਸ ਸਟੈਂਡ ਦੇ ਕੋਲ ਬੁਲਾਇਆ। ਡਾਕਟਰ ਰਸ਼ਮੀ, ਜੈਸਾ ਕਿ ਮੁਝੇ ਫੋਨ ਆਇਆ ਕਿ ਹਰਿਆਣਾ ਕੀ ਟੀਮ ਨੇ ਆ ਛਾਪਾ ਮਾਰਾ ਹੈ ਔਰ ਯਹਾਂ ਪਰ ਕਿਸੀ ਮਰੀਜ਼ ਕਾ ਸੈਕਸ ਟ੍ਰਾਂਸਮਿਸ਼ਨ ਹੋ ਰਹਾ ਹੈ, ਤੋ ਹਮ ਲੋਗ ਕੋ ਯਹਾਂ ਆਨੇ ਕੇ ਲੀਏ ਕਹਾ ਗਿਆ। ਤੋ ਜਬ ਹਮ ਲੋਗ ਯਹਾਂ ਆਏ ਤੋ ਯਹ ਸੈਂਟਰ ਬੰਦ ਥਾ,
और डॉक्टर अवेलेबल नहीं थे। मेरा नाम सर डॉक्टर तार सिंह मेहरा, आई एम आल्सो एमडी मेडिसिन। ये सर नर्सिंग होम बदनाम करने चक्कर में हुई है, जो भी है काम यही करते नहीं सर, पूरा रिकॉर्ड रखा हुआ सारा पेशेंट जिन्हें भी पेशेंट आने कराने वास्ते, यानी कि कोई अनगहली नहीं पाई गई। हां जी पिंड लूलबाई रोड ते एक व्यक्ति नू प्लास्टिक दा गट्टा चुकी आउंदे देखिया, जो के पुलिस पार्टी नू देख के वापस मुड़न लगा ता पुलिस ने शक दे आधार ते उस दी तलाशी ली ता 7 किलो डोडा पोस्त बरामद कीती। पुलिस ने व्यक्ति नूं गिरफ्तार करके अगलेरी कार्रवाई आरंभ दीती है। मालक कल गश्त दे संबंध विच पुलिस समेत पुलिस पार्टी पिंड गिदड़वा तो लूलबाई साइड नूं जा रहे सीगे। लूलबाई साइड तो एक मोना आदमी पैदल जिस दे सिर उपर एक गट्टा प्लास्टिक दा रख्या होया सी, शक दी बिना ते रोक के इहदा नाम पता पुछया, जिसने रवि कुमार पुत्र मिठू सिंह कौम मेहरा सिख वासी गिदड़वा दस्या। चेक करने 7 किलो डोडा पोस्त बरामद होया। जिला संगरूर च जिला सिविल प्रशासन पुलिस प्रशासन अते समाज सेवी संगठनां दे सहयोग नाल क्लीन ग्रीन अते हेल्दी दे नारे हेठ साइकल रैली दा आयोजन कीता गया। इस रैली च जिले दे सारे वड्डे अधिकारियां अते उहनां दे परिवार तो इलावा शहर वासियां अते विद्यार्थियां ने भी भाग लिया। इस दौरान साइकल रैली च भाग लैण वालियां वल्लों वातावरण नूं हरा भरा बनाई रखण दा संदेश दिता गया। साइकल नूं भुलदे जा रहे हैं, उहदे नाल नाल सेहत नूं भी भुलदे जा रहे हैं। साइकल चलाउणा सेहत लई भी चंगा है। साडी जिहड़ी अज दी रैली है उहदा मुद्दा इही है कि लोकां नूं असीं सवेरे उठ के जा के जागरूक करिए। इह अज साडे यंग एसटीएम संगरूर उहनां वल्लों इक बड़ा सोहणा इक उपराला कीता गया कि क्लीन एंड ग्रीन ਜਿਹੜਾ ਹੈਗਾ ਮੋਟੋ ਦੇ ਨਾਲ ਸਾਈਕਲ ਰੈਲੀ ਕੀਤੀ ਜਾ ਰਹੀ ਹੈ। ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਜਥੇਬੰਦੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਲਾਨਾ ਨਗਰ ਕੀਰਤਨ ਗੁਰਦੁਆਰਾ ਟਾਹਲੀ ਸਾਹਿਬ ਮੁਣਕਾਂ ਚ ਸਜਾਇਆ ਗਿਆ, ਜਿਸ ਵਿਚ ਇਲਾਕਾ ਨਿਵਾਸੀਆਂ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਵੱਖ ਵੱਖ ਗੱਤਕਾ ਟੀਮਾਂ ਵੱਲੋਂ ਗੱਤਕਾ ਦੇ ਜੌਹਰ ਦਿਖਾਏ ਗਏ। ਸੰਗਤਾਂ ਵੱਲੋਂ ਜਗ੍ਹਾ ਜਗ੍ਹਾ ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਹ ਨਗਰ ਕੀਰਤਨ ਵੱਖ ਵੱਖ ਇਲਾਕਿਆਂ ਚੋਂ ਹੁੰਦਾ ਹੋਇਆ ਵਾਪਿਸ ਗੁਰਦੁਆਰਾ ਸਾਹਿਬ ਚ ਸਮਾਪਤ ਹੋਇਆ। ਗੁਰੂ ਖਾਲਸਾ ਸਾਹਿਬ ਸੰਗਤ ਜੀ, ਅੱਜ ਅਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਦਲ ਭੰਜਨ ਗੁਰਸੂਰ ਜੋਧਾ ਬਹੁ ਪਰਉਪਕਾਰੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਟਾਹਲੀ ਸਾਹਿਬ ਜੀ ਤੋਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਧੰਨ ਦੀ ਚਾਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਬਦ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਅੰਦਰ ਨਗਰ ਨਿਵਾਸੀ ਸਭੋ ਲਾਂਗਾ ਨਿਵਾਸੀ ਸੰਗਤਾਂ ਨੇ ਇਕੱਤਰ ਹੋ ਕਰਕੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾ ਜਥੇਬੰਦੀ ਦੇ ਸਾਰੇ ਸਿੰਘਾਂ ਨੇ ਮਿਲ ਕਰਕੇ ਸੰਗਤ ਦੇ ਨਾਲ ਮਹਾਨ ਨਗਰ ਕੀਰਤਨ ਦੀ ਆਰੰਭਤਾ ਸਤਿਗੁਰੂ ਜੀ ਦੀ ਸ਼ਬਦ ਛਾਇਆ ਹੇਠ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਿਕ ਸਥਾਨ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ ਜੀ ਦੀ ਵਿਖੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋ ਮਹਾਨ ਨਗਰ ਕੀਰਤਨ ਸੱਜ ਰਹੇ ਹਨ, ਇਹ ਨਗਰ ਕੀਰਤਨ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਬਿਲਾਂ ਜਥੇਬੰਦੀ ਦੇ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਨਿਹਾਲ ਸਿੰਘ ਜੀ ਦੀ ਅਗਵਾਈ ਵਿੱਚ ਹੋ ਰਹੇ ਹਨ। ਆਪ ਸਾਰੀਆਂ ਇਹ ਸੰਗਤਾਂ ਨੂੰ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਣ, ਨਾਮ ਦੀਆਂ ਦਾਤਾਂ ਬਖਸ਼ਣ, ਗੁਰਸਿੱਖੀ ਜੀਵਨ ਬਖਸ਼ੋ। ਤੇ ਹੁਣ ਵੇਲਾ ਹੋ ਚੁੱਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।